अटेंडेंस कौन लेगा टीचमेंट पेपर कौन चेक करेगा टीचमेंट तो हम क्या करेंगे आप बस बच्चों का सिलेक्शन कराइए सर बाकी सब टीचमेंट कर लेगा चाहे जैसी भी जरूरत हो टीचमेंट पे टीचिंग आसान है आज ही डाउनलोड करें टीचमेंट इंडिया का नंबर वन टीचिंग ऐप ਤਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕੀਤਾ ਜਾਂਦਾ ਐਮ ਐਗਜ਼ਾਮ ਸਟੱਡੀ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤਹਾਂਜੀ ਦੋਸਤੋ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਬਹੁਤ ਹੀ ਵੱਡੀ ਅਪਡੇਟ ਜਿਹੜੀ ਲੈ ਕੇ ਆ ਚੁੱਕੇ ਹਾਂ ਜਿਵੇਂ ਕਿ ਆਪਣੀ ਪਹਿਲਾਂ ਵੀਡੀਓ ਵਿੱਚ ਪਾ ਦੱਸਿਆ ਸੀ ਜਿਹੜੇ ਬੋਰਡ ਦੇ ਜਿਹੜੇ ਅੰਕ ਨੇ ਪ੍ਰੀ ਬੋਰਡ ਦੇ ਅੰਕ ਉਹ ਪੋਰਟਲ ਤੇ ਅਪਲੋਡ ਕਰਨ ਲਈ ਹੁਕਮ ਦਿੱਤੇ ਨੇ ਹਾਂਜੀ ਦੋਸਤੋ ਬਣੇ ਰਹੋ ਵੀਡੀਓ ਵਿੱਚ ਅੱਗੇ ਆਪਾਂ ਅਪਡੇਟ ਦੱਸ ਦਿਆਂ ਵੀ 12ਵੀਂ ਦੇ ਵਿਦਿਆਰਥੀ ਨੂੰ ਪ੍ਰਮੋਟ ਕੀਤਾ ਜਾਊਗਾ ਜਾਂ ਨਹੀਂ ਚਲੋ ਕਰਦੇ ਹਾਂ ਮੇਰੇ ਨਾਲ ਸ਼ੁਰੂ 12ਵੀਂ ਪ੍ਰੀਖਿਆ ਪ੍ਰੀਬੋਰਡ ਦੇ ਅੰਕ ਭਰਨ ਤੋਂ ਪਹਿਲਾਂ ਸਕੂਲ ਮੁਖੀ ਸਾਰੇ ਪ੍ਰਖਿਆਰਤਿਆਂ ਦੀ ਵਿਸ਼ੇਵਾਰ ਕਨਸੋਲੀਡੇਟ ਕਾਪੀ ਤਿਆਰ ਕਰਵਾ ਲੈਣ ਤਾਂ ਜੋ ਆਨਲਾਈਨ ਅੰਕ ਭਰਨ ਵਿੱਚ ਕੋਈ ਦਿੱਕਤ ਨਾ ਆਵੇ ਇਸ ਕੰਮ ਲਈ ਪੈਨਸਲ ਵਿੱਚ ਰਫ ਪ੍ਰਿੰਟ ਲਿਆ ਜਾ ਸਕਦਾ ਹੈ ਜਿਸ ਵਿੱਚ ਸਾਰੇ ਪ੍ਰਖਿਆਰਤਿਆਂ ਦੇ ਬੇਰਬੇ ਸਮੇਤ ਵਿਸ਼ੇ ਪ੍ਰਿੰਟ ਹੋ ਜਾਣ ਨੰਬਰ 1 ਸਕੂਲਾਂ ਨੂੰ ਪ੍ਰੀਬੋਰਡ ਦੇ ਅੰਕ ਆਨਲਾਈਨ ਭਰਨ ਲਈ ਮਿਤੀ 15 5 2021 ਤੱਕ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ ਤੇ ਇਸ ਤੋਂ ਬਾਅਦ ਪੋਰਟਲ ਬੰਦ ਕਰ ਦਿੱਤਾ ਜਾਵੇਗਾ ਸਾਰੇ ਬੇਸ਼ੀਆਂ ਦੇ ਲਿਖਤੀ ਅੰਕ ਪੈਟਰਨ ਵਿੱਚ ਭਰਨੇ ਪੋਰਟਲ ਵਿੱਚ ਭਰਨੇ ਜ਼ਰੂਰੀ ਹਨ ਗੈਰ ਹਾਜ਼ਰ ਵਿਦਿਆਰਥੀਆਂ ਲਈ A ਬ੍ਰੈਕਟ ABS ਅਤੇ ਯੋਗਤਾ ਰੱਦ ਪ੍ਰਖਿਆਰਥੀਆਂ ਲਈ C CAN ਲਿਖਿਆ ਜਾਵੇਗਾ ਅੰਕ ਭਰਨ ਦੀ ਸਹੀ ਵਿਧੀ ਹੈ ਕਿ ਜੇਕਰ ਪ੍ਰਖਿਆਰਥੀਆਂ ਦੇ ਅੰਕ 10 ਸੰਤਾਂ ਉਸ ਵਿੱਚ 010 ਦਰਜ ਕੀਤਾ ਜਾਵੇ ਜੇਕਰ ਵਿਦਿਆਰਥੀ ਦਾ ਅੰਕ 1 ਹੈ ਤਾਂ 001 ਦਰਜ ਕੀਤਾ ਜਾਵੇ ਆਪਣੇ ਪੱਤਰ ਤੇ ਸਕੂਲ ਨੂੰ ਕੋਈ ਵੀ ਵਿਸ਼ਾ ਤਬਦੀਲ ਕਰਨ ਦੀ ਆਗਿਆ ਨਹੀਂ ਹੈ ਦਫ਼ਤਰ ਨਾਲ ਸੰਪਰਕ ਕਰਨ ਉਪਰੰਤ ਵਿਸ਼ਾ ਬਦਲੀ ਕਰਕੇ ਹੀ ਅੰਕ અપਲੋਡ ਕੀਤੇ ਜਾਣ ਫਾਈਨਲ ਫਾਈਨਲ ਸਬਮਿਟ ਕਰਨ ਤੋਂ ਪਹਿਲਾਂ ਰਫ ਪ੍ਰਿੰਟ ਆਊਟ ਲੈ ਕੇ ਪ੍ਰਖਿਆਰਥੀ ਦੇ ਵਿਸ਼ੇਸ਼ ਭਾਰ ਭਰੇ ਅੰਕ ਚੈੱਕ ਕਰ ਲਏ ਜਾਣ ਜੇਕਰ ਕੋਈ ਤਰੱਤੀ ਹੈ ਤਾਂ ਆਨਲਾਈਨ ਸੋਧ ਕਰ ਲਈ ਜਾਵੇ ਫਾਈਨਲ ਸਬਮਿਟ ਕਰਨ ਉਪਰੰਤ ਆਨਲਾਈਨ ਡਾਟਾ ਲਾਕ ਹੋ ਜਾਵੇਗਾ ਅਤੇ ਕਿਸੇ ਵੀ ਪ੍ਰਕਾਰ ਦੀ ਸੋਧ ਨਹੀਂ ਕੀਤੀ ਜਾਵੇਗੀ। ਫਾਈਨਲ ਪ੍ਰਿੰਟ ਦੀ ਕਾਪੀ ਮੁਖ ਦਫ਼ਤਰ ਭੇਜਣ ਦੀ ਜ਼ਰੂਰਤ ਨਹੀਂ ਹੈ। ਸਬੰਧਤ ਸਕੂਲ ਫਾਈਨਲ ਪ੍ਰਿੰਟ ਦੀ ਤਸਦੀਕ ਸੁਦਾ ਕਾਪੀ ਸਕੂਲ ਰਿਕਾਰਡ ਵਿੱਚ ਰੱਖਣਗੇ ਅਤੇ ਜਰੂਰਤ ਪੈਣ ਤੇ ਬੋਰਡ ਵੱਲੋਂ ਮੰਗੀ ਜਾ ਸਕਦੀ ਹੈ। ਹਾਂਜੀ ਦੋਸਤੋ, ਇਹ ਸੀ ਅੱਜ ਦੀ ਅਪਡੇਟ 12ਵੀਂ ਦੇ ਵਿਦਿਆਰਥੀਆਂ ਲਈ ਜਿਹੜੇ ਅੰਕ ਉੱਥੇ ਪੋਰਟਲ ਉੱਪਰ ਭਰਨ ਲਈ ਕਹੇ ਗਏ ਹਨ। ਇਹ ਜਿਹੜੀਆਂ ਸੀ ਹਦਾਇਤਾਂ ਸੀਗੀਆਂ ਅਪਾ ਹੁਣ ਨਾ ਇਸ ਤੋਂ ਆਪਾਂ ਪਤਾ ਲਗਾ ਸਕਦੇ ਹਾਂ ਕਿ 50% ਚਾਂਸ ਨੇ 12ਵੀਂ ਦੇ ਪੇਪਰ ਰੱਦ ਹੋਣ ਦੇ ਕਿਉਂਕਿ ਜਿਹੜੇ ਬੋਰਡ ਦੇ ਅੰਕ ਜਿਹੜੇ ਨੇ ਨਾ ਪ੍ਰੀ ਬੋਰਡ ਦੇ ਅੰਕ ਇਹ ਪਹਿਲੀ ਵਾਰ ਹੀ ਮੰਗਿਆ ਬੋਰਡ ਨੇ ਹੋਰ ਕਦੇ ਪਹਿਲਾਂ ਬੋਰਡ ਦੇ ਅੰਕ ਜਿਹੜੀਆਂ ਬੋਰਡ ਦੀਆਂ ਕਲਾਸਾਂ ਉਹਨਾਂ ਦੇ ਪ੍ਰੀ ਬਟਾਂਕ ਨਹੀਂ ਮੰਗੇਗੇ ਇਸ ਲਈ 12ਵੀਂ ਦੇ ਜਮਾਤਾਂ ਲਈ ਛੇਤੀ ਹੀ ਖੁਸ਼ਖਬਰੀ ਕੋਈ ਆ ਸਕਦੀ ਹੈ ਜੇਕਰ ਕੋਈ ਵੀ ਨਿਊਜ਼ ਆਉਂਦੀ ਹੈ 12ਵੀਂ ਜਮਾਤ ਲਈ ਤਾਂ ਤੁਹਾਨੂੰ ਆਪਣੇ ਚੈਨਲ ਉੱਤੇ ਮਿਲ ਜੂਗੀ ਆ ਧੰਨਵਾਦ ਅੱਜ ਦੀ ਵੀਡੀਓ ਚੈਨ ਨਹੀਂ ਮਿਲਦੇ ਕਿਸੇ ਹੋਰ ਵੀਡੀਓ